311 ਵਾਲਿਆਂ ਨੇ ਕਰਨਾ ਮੇਰਾ ਦੋਸਤ ਨੇ ਮੈਂ ਘਰੇ ਰਹਿੰਦਾ ਸੀਗਾ ਉਹਨਾਂ ਨੇ ਕੀ ਕੀਤਾ ਜਿੱਥੋਂ ਨਿਕਲੇ ਉੱਥੋਂ ਨਿਕਲ ਕੇ ਆਪਣੇ ਰਾਤ ਨੂੰ ਜੀ ਬਾਸੀ ਸਾਹਿਬ ਕੱਲ ਦੀ ਗੱਲ ਆਈ ਮੈਂ ਬ੍ਰੈਂਟਨ ਚ ਆਪਣਾ ਅਨੰਦਸਰ ਗੁਰਘਰ ਦੇ ਕੋਲ ਦੋ ਕੁੜੀਆਂ ਰਹਿੰਦੇ ਸੀਗੀਆਂ ਰੈਂਟ ਤੇ ਹੀ ਮੈਂ ਉਹਨਾਂ ਨੂੰ ਮੈਨੂੰ ਕਾਲ ਆਈ ਉਹ ਮਤਲਬ ਮੇਰੇ ਮਾਮੇ ਦੀ ਕੁੜੀ ਸੀਗੀ ਤੇ ਉਹਨਾਂ ਨੇ ਮੈਨੂੰ ਕਾਲ ਆਈ ਉਹ ਕਹਿੰਦੀ ਵੀ ਸਾਡੀ ਓਨਰ ਸਾਨੂੰ ਕਹਿੰਦੀ ਆ ਵੀ 34 ਮੈਨੂੰ ਜੀ ਤੁਸੀਂ ਕਹਿ ਰਹੇ ਹੋ ਐਮਪੀ ਤੁਹਾਡਾ ਕੰਮ ਕਰ ਦੂਗਾ ਇਹ ਐਮਪੀ ਕੋਈ ਵੀ ਨਹੀਂ ਕਰਦਾ ਸਾਰੇ ਇੰਨੇ ਨਿਕੰਮੇ ਆ ਐਮਪੀ ਇਹ ਤਾਂ $4,000 ਤੇ ਸਾਰਾ ਘਰ ਦਿੱਤਾ ਇਹਨਾਂ ਨੇ ਬਾਸੀ ਸਾਹਿਬ ਇਹ ਸ਼ਰਮ ਦੀ ਗੱਲ ਹੈ ਬਹੁਤ ਸ਼ਰਮ ਦੀ ਗੱਲ ਹੈ ਆਪਾਂ ਮਰ ਗਏ ਆਪਾਂ ਲਾਲਚੀ ਲੋਕ ਨਹੀਂ ਨਹੀਂ ਇੱਕ ਕੁੜੀ ਨੂੰ ਧੱਕੇ ਮਾਰਦੇ ਸ਼ਰਮ ਨਹੀਂ ਉਹਦੇ ਨਾਲ ਮੁੰਡਿਆਂ ਨੂੰ ਧੱਕੇ ਦੀ ਧੱਕੇ 15 ਮੁੰਡੇ ਰਹਿ ਰਹੇ ਨੇ ਅਗਲੀ ਕਾਲ ਜਸਪ੍ਰੀਤ ਕੀ ਕਹਿਣਾ ਚਾਹੁੰਦੇ ਇਸ ਲੜਕੀ ਨੂੰ ਦੇਖੋ ਜੀ ਮੈਂ ਭੈਣ ਜੀ ਨੂੰ ਇਹੀ ਕਹੂੰਗਾ ਨਾ ਤਾਂ ਪੁਲਿਸ ਨੇ ਕੁਝ ਕਰਨਾ ਵਾ ਤੁਹਾਡੇ ਤੇ ਲੀਗਲ ਐਕਸ਼ਨ ਹੋ ਜਾਊਗਾ ਤੇ ਨਾ 311 ਵਾਲਿਆਂ ਨੇ ਕਰਨਾ ਮੇਰਾ ਦੋਸਤ ਨੇ ਮੈਂ ਘਰੇ ਰਹਿੰਦਾ ਸੀਗਾ ਉਹਨਾਂ ਨੇ ਕੀ ਕੀਤਾ ਜਿੱਥੋਂ ਨਿਕਲੇ ਉੱਥੋਂ ਨਿਕਲ ਕੇ ਆਪਣੇ ਰਾਤ ਨੂੰ ਵਾਈਫ ਵਾੜਤੀ ਵਾਈਫ ਵਾੜ ਕੇ ਸਾਰੇ ਕਾਗਜ਼ ਵੀ ਬਣਾ ਲਏ ਇੱਕ ਵਾਰ ਚਾਬੀ ਲੈ ਲਈ ਪਹਿਲੇ ਮਹੀਨੇ ਦਾ ਕਿਰਾਇਆ ਦਿੱਤਾ ਉਦੋਂ ਬਾਅਦ ਕਹਿੰਦੇ ਤੁਸੀਂ ਲਾਂਡਰੀ ਥੱਲੇ ਬਈ ਸਾਡੇ ਉੱਪਰ ਲੈ ਕੇ ਆਓ ਉਦੋਂ ਬਾਅਦ ਕਿਰਾਇਆ ਬੰਦ ਕਰਤਾ ਉਹਨੇ ਲਾਇਰ ਕੀਤਾ 2 ਸਾਲ ਸੀ ਅਰੇ 1.5 ਸਾਲ ਹੋ ਗਿਆ ਬਾਰੀ ਨਹੀਂ ਆਈ 1.5 ਸਾਲ ਹੋ ਗਿਆ ਪੈਸੇ ਨਹੀਂ ਦਿੱਤੇ ਕੁਛ ਨਹੀਂ ਕਰ ਸਕਦੇ ਕੋਈ 311 ਵਾਲੇ ਹੈਲਪ ਨਹੀਂ ਕਰਦੇ ਕੋਈ ਪੁਲਿਸ ਹੈਲਪ ਨਹੀਂ ਕਰਦੀ ਕੋਰਟ 'ਚ ਕੇਸ ਜਾਂਦਾ ਵਾ ਤਾਂ ਉਹ ਤਾਂ ਵਾ ਨਹੀਂ ਤਾਂ ਕੁਛ ਨਹੀਂ ਹੁੰਦਾ ਬਾਕੀ ਭੈਣ ਜੀ ਉੱਥੇ ਜਾਣ ਨਾਲ ਬਾਰ ਬਾਰ ਕੋਈ ਫਾਇਦਾ ਨਹੀਂ ਉਲਟਾ ਭੈਣ ਜੀ ਤੇ ਕੋਈ ਪਾਸਿਆਂ ਨਾ ਦਰਜ ਫਿਰ ਤੁਸੀਂ ਦੱਸ ਸਕਦੇ ਹੋ ਕਿ ਮੇਰੇ ਨਾਲ ਕੁਝ ਹੋ ਰਿਹਾ ਜੇ ਬਿੱਲ ਤੁਹਾਡੇ ਨਾਂ ਤੇ ਆ ਰਹੇ ਨੇ ਕਿਉਂਕਿ ਬਿੱਲ ਤਾਂ ਜਿਹੜਾ ਉੱਥੇ ਰਹਿ ਰਿਹਾ ਮਤਲਬ ਕਿ ਉਹਨੂੰ ਭਰਨੇ ਪੈਂਦੇ ਆ ਉਹ ਆਪਦੇ ਜਿਹੜੇ $10-15-20 ਲੈਣਗੇ ਉਹ ਮੰਥਲੀ ਉਹ ਤੁਹਾਡੀ ਸਰਵਿਸ ਦੇ ਕਿ ਤੁਹਾਡੇ ਨਾਂ 'ਤੇ ਪ੍ਰੋਫਾਈਲ ਰਹਿੰਦਾ ਹੈਗਾ ਨਹੀਂ ਤਾਂ ਉਦੋਂ ਬਾਅਦ 'ਚੋਂ ਸ਼ਾਇਦ $75 ਹੁੰਦੇ ਆ ਤੁਸੀਂ ਉਹ ਸਾਰਾ ਕੁਛ ਹੋਲਡ ਕਰਵਾ ਦਿਓ ਅਤੇ ਬਾਕੀ ਤੁਹਾਨੂੰ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਜਿਹੜੇ ਬੰਦੇ ਤੁਹਾਡੇ ਨਾਲ ਕਾਗਜ਼ੀ ਸਾਈਨ ਹੋਏ ਉਹਨਾਂ ਦੀ ਗੇਮ ਤਾਂ ਅੱਡ ਅਤੇ ਦੂਜਿਆਂ ਦੀਆਂ ਮਤਲਬ ਕਿ ਜ਼ਰੂਰ ਤੁਸੀਂ ਤਸਵੀਰਾਂ ਵਗੈਰਾ ਜਿੱਥੇ ਵੀ ਤੁਸੀਂ ਆਪਦੀ ਆਵਾਜ਼ ਠਾ ਸਕਦੇ ਹੋ ਬਾਸੀ ਸ਼ੋਅ 'ਤੇ ਵੈਸੇ ਆਏ ਹੋ ਸਭ ਨੂੰ ਪਤਾ ਲੱਗ ਜਾਣਾ ਇਹੋ ਜਿਹਿਆਂ ਨੂੰ ਨੰਗੇ ਕਰੋ ਜੀ ਇਹੋ ਜਿਹੇ ਹੈਗੇ ਆ ਗੰਦੇ ਆਂਡੇ ਕਈ ਜਿਹੜੇ ਰਹਿੰਦੇ ਆ ਕਿ ਤੁਸੀਂ ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹਿਆਂ ਨੂੰ ਕਿੰਨੀ ਉਮਰ ਇਹਨਾਂ ਦੀ ਆ ਇਹਨਾਂ ਦੀ 23-24-27 ਤੋਂ ਵੱਧ ਨਹੀਂ ਹੈਗੇ ਓਕੇ ਓਕੇ ਲੈਟਸ ਗੋ ਅਸੀਂ ਕਾਲ ਲੈਂਦੇ ਆ ਸੋ ਸਭ ਕਾਲ ਕਰ ਦੋ ਬਲ ਸਾਹਿਬ ਨੂੰ ਪਲੀਜ਼ ਹਾਂਜੀ ਨੈਕਸਟ ਕਾਲ ਜੀ ਹਾਂਜੀ ਨੰਬਰ 6 ਕਾਲ ਦਿਓ ਮੈਨੂੰ ਨੰਬਰ 6 ਕਾਲ ਹਾਂਜੀ ਬਸ ਸਾਹਿਬ ਅਸੀਂ ਕਾਲ ਜੀ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਸਰ ਸਭ ਤੋਂ ਪਹਿਲਾਂ ਤਾਂ ਜੀ ਇਹਨਾਂ ਦੀ ਆਈਡੀਆ ਲਾਓ ਟੀਵੀ ਤੇ ਇਹਨਾਂ ਦੀ ਉੱਥੇ ਜਲੂਸ ਕੱਢੋ ਮਾੜਾ ਮੋਟਾ ਤੁਸੀਂ ਸਕਰੀਨ ਤੇ ਲਾਓ ਇਹਨਾਂ ਦੀ ਆਈਡੀਆ ਜਿਹੜੀ ਆ ਆਂਟੀ ਕੋਲੇ 2 ਹੈਗੀਆਂ ਆ ਫੋਟੋਆਂ ਉਹਨਾਂ ਦੀਆਂ ਉਦੋਂ ਬਾਅਦ ਜੀ ਪਹਿਲਾਂ ਤਾਂ ਉਹ ਬੰਦਿਆਂ ਨੂੰ ਹੀ ਕਢਾਓ 311 ਕਾਲ ਕਰਕੇ ਦੋਆਂ ਨੂੰ ਤਾਂ ਚਲੋ ਕੋਈ ਗੱਲ ਨਹੀਂ ਨਵੇੜ ਲਾਂਗੇ 8-10 ਜਾਣੇ ਜਿਹੜੇ ਵੱਧ ਵੜੇ ਹੋਏ ਆ ਉਹਨਾਂ ਨੂੰ ਤਾਂ ਕੱਟੋ ਕੱਟੋ ਅੱਛਾ 15 ਜਾਣੇ ਟੋਟਲ ਇਹਦੇ ਵਿੱਚ ਹਾਂਜੀ 10-15 ਜਾਣੇ ਆ ਕੋਈ ਆ ਰਿਹਾ ਕੋਈ ਜਾ ਰਿਹਾ ਸਾਨੂੰ ਪਤਾ ਨਹੀਂ ਚੱਲਦਾ ਕੱਲ ਨਹੀਂ ਜਿਹੜੇ ਨਾਂ ਲਿਖੇ ਹੋਏ ਨਾ ਤੁਹਾਡੇ ਪੇਪਰ ਤੇ ਉਹ ਤੋਂ ਬਗੈਰ ਰਹਿ ਨਹੀਂ ਸਕਦੇ ਕੋਈ ਵੀ ਉਹ 311 ਵਾਲੇ ਕੱਢਣ ਗਿਆਨ ਕੇ ਇਹਨਾਂ ਨੂੰ ਨਹੀਂ ਕੱਢ ਰਹੇ ਪੁਲਿਸ ਵਾਲਿਆਂ ਨੂੰ ਅਸੀਂ ਕਿਹਾ ਸੀ ਦੇਖ ਲਓ ਕਿੰਨੇ ਬੰਦੇ ਰਹਿ ਰਹੇ ਹੋ ਕਹਿੰਦੇ ਸਾਡਾ ਕੋਈ ਜਾਣਾ ਨਹੀਂ ਨਹੀਂ ਪੁਲਿਸ ਨੂੰ ਨਾ ਕਹੋ ਤੁਸੀਂ 311 ਨੂੰ ਕਹੋ ਹਾਂਜੀ ਹਾਂਜੀ ਬਸ ਸਾਹਿਬ ਸਾਨੂੰ 5 ਸਾਲ ਹੋ ਗਏ ਜੀ ਘਰ ਰੈਂਟ ਕਰਦੇ ਨੂੰ ਅੱਜ ਤੱਕ ਇਹ ਚੀਜ਼ ਨਹੀਂ ਹੋਈ ਹਰ ਸਾਲ ਆਪਾਂ ਰੈਫਰੈਂਸ ਵੀ ਦਿੰਦੇ ਆ ਓਨਰਾਂ ਦੀ ਸਾਰਾ ਕੁਝ ਕਰਦੇ ਆ ਬਟ ਅੱਜ ਤੱਕ ਨਹੀਂ ਇਹ ਚੀਜ਼ ਸੁਣਨ ਨੂੰ ਮਿਲੀ ਵੀ ਐਡਾ ਧੱਕਾ ਕਰ ਰਹੇ ਆ ਕਿ 311 ਲਾਓ ਜਰੂਰ ਔਰ ਮੈਂ ਨਹੀਂ 311 ਕਰਨਾ ਅਗਲੀ ਕਾਲ ਪਲੀਜ਼ ਹੈਲੋ ਜੀ ਬੋਲੋ ਜੀ ਹਾਂਜੀ ਜੀ ਇਹਨਾਂ ਦੀ ਆਈਡੀਆਂ ਲੈ ਕੇ ਨਾ ਸੋਸ਼ਲ ਮੀਡੀਆ ਤੇ ਪਾਓ ਜੀ ਇਹਨਾਂ ਨੂੰ ਫੇਰ ਹੀ ਪਤਾ ਲੱਗੂ ਹੁਣ ਐਵੇਂ ਤਾਂ ਲੋਕ 2-2 ਸਾਲ ਨਹੀਂ ਛੱਡਦੇ ਹੈਗੇ ਜੀ ਤੇ ਦੂਜੀ ਗੱਲ ਹੈਗੀ ਹੈ ਜੀ ਜਿਹੜਾ ਆਪਣਾ ਇਹਨਾਂ ਤੋਂ ਨਾ ਜਿਵੇਂ ਜਿਹੜੇ ਹੋਰ ਚਾਈਨਾ ਤੋਂ ਆਉਂਦੇ ਆ ਸਟੂਡੈਂਟ ਜੀ ਉਹਨਾਂ ਦਾ ਉਹ 1 ਸਾਲ ਦਾ ਕਿਰਾਇਆ ਇਕੱਠਾ ਦਿੰਦੇ ਆ ਜੀ ਕਿਉਂ ਉਹਨਾਂ ਦੀ ਜੇਬ 'ਚ ਹੁੰਦਾ ਜੀ ਪੈਸਾ ਇੱਥੇ ਵੀ ਰੂਲ ਉਹੀ ਕਰ ਦਿਓ ਜੀ ਬ੍ਰੈਂਪਟਨ 'ਚ ਜੇ ਕੋਈ ਰਹਿਣਾ ਚਾਹੁੰਦਾ ਉਹ 1 ਸਾਲ ਦਾ ਪਹਿਲਾਂ ਹੀ ਕਿਰਾਇਆ ਲੈ ਲਓ ਬਾਅਦ ਦੀ ਗੱਲ ਬਾਅਦ 'ਚ ਚਾਹੇ ਲੀਗਲ ਦਿੰਦੇ ਆਪਾਂ ਚਾਹੇ ਇਲੀਗਲ ਦਿੰਦੇ ਆ ਜੀ ਓਕੇ ਅਗਲੀ ਕਾਲ ਜੀ ਨੈਕਸਟ ਕਾਲ ਨੰਬਰ 4 ਕਾਲਰ ਬਸਿਆ ਸਤਿ ਸ਼੍ਰੀ ਅਕਾਲ ਜੀ ਜੀ ਬਸ ਜੀ ਕੱਲ੍ਹ ਦੀ ਗੱਲ ਆਈ ਮੈਂ ਬ੍ਰੈਂਪਟਨ 'ਚ ਆਪਣਾ ਅਨੰਦਸਰ ਗੁਰਘਰ ਦੇ ਕੋਲ 2 ਕੁੜੀਆਂ ਰਹਿੰਦੇ ਸੀਗੀਆਂ ਰੈਂਟ ਤੇ ਹੀ ਮੈਂ ਉਹਨਾਂ ਨੂੰ ਮੈਨੂੰ ਕਾਲ ਆਈ ਉਹ ਮਤਲਬ ਮੇਰੇ ਮਾਮੇ ਦੀ ਕੁੜੀ ਸੀਗੀ ਤੇ ਉਹਨਾਂ ਦੀ ਮੈਨੂੰ ਕਾਲ ਆਈ ਉਹ ਕਹਿੰਦੀ ਵੀ ਸਾਡੀ ਓਨਰ ਸਾਨੂੰ ਕਹਿੰਦੀ ਆ ਵੀ 31 12 ਵਜੇ ਤੋਂ ਪਹਿਲਾਂ ਪਹਿਲਾਂ ਘਰ ਛੱਡ ਦਿਓ ਤੇ ਲੀਗਲ ਰੂਲ ਵੀ ਹੋਈ ਹੈ ਨਾ
ਤੇ ਓਨਰ ਨੇ ਭਾਜੀ ਕੀ ਕੀਤਾ, ਉਹਨਾਂ ਦਾ 4 ਵਜੇ ਸਮਾਨ ਬਾਹਰ ਕੱਢ ਕੇ ਰੱਖਤਾ, ਜਦਕਿ ਉਹਨਾਂ ਨੇ ਯੂ ਹੌਲ ਰਾਤ ਨੂੰ 8 ਵਜੇ ਬੁੱਕ ਕੀਤਾ ਹੋਇਆ ਸੀਗਾ ਜੀ। ਤੇ ਉੱਤੋਂ ਉਹਨਾਂ ਨੂੰ ਗਾਲਾਂ ਕੱਢੀਆਂ, ਅਸੀਂ ਉਹਨੂੰ ਲੈਣ ਲੱਗੇ ਕੁੜੀ ਨੂੰ, ਹਨਾ ਵੀ ਚੱਲ ਕੋਈ ਨਾ, ਉਹ ਹੁਣ ਮੇਰੇ ਘਰੇ ਆਈ ਹੈ ਕੁੜੀ, ਮੈਂ ਆਪਣੇ ਘਰੇ ਰੱਖੀ ਹੋਈ ਹੈ ਹਲੇ, ਉਹਦੇ ਵਿਚਾਰੀ ਦਾ ਚਲੋ ਰੂਮ ਦਾ ਕੋਈ ਇੰਤਜ਼ਾਮ ਨਹੀਂ ਹੋਇਆ। ਤੇ ਉਹਨੂੰ ਗਾਲਾਂ ਕੱਢੀਆਂ, ਉਹਨੂੰ ਕਹਿੰਦੀ ਤੇਰਾ ਭਾਈ ਨੀ, ਕਹਿੰਦੀ ਤੇਰਾ ਖਸਮ ਆਇਆ, ਕਹਿੰਦੀ ਤੈਨੂੰ ਲੈਣ। ਦੱਸੋ ਰਾਈਟ, ਇਦਾਂ ਨਹੀਂ ਕਹਿਣਾ ਚਾਹੀਦਾ, ਗਲਤ ਗੱਲ ਹੈ, ਪਰ ਇਹ ਤਾਂ ਵਿਚਾਰੀ, ਮੈਨੇ ਤਾਂ ਕੁਛ ਕਹਿੰਦੀ ਨੀ ਵਿਚਾਰੀ, ਤਾਂ 12 ਵਜੇ ਤੋਂ ਪਹਿਲਾਂ ਤਾਂ ਆਪਾਂ ਕੱਢ ਹੀ ਨਹੀਂ ਸਕਦੇ ਬਾਸੀ ਸਾਹਿਬ ਕਿਸੇ ਨੂੰ, ਤੇ ਦੇਖ ਲਓ ਵੀ ਗੱਲ ਇਹ ਨਹੀਂ ਹੈਗੀ ਵੀ ਕਹਿੰਦੇ ਸਟੂਡੈਂਟ ਹੀ ਮਾਰੇ, ਹਨਾ ਗੱਲ ਇਹ ਵੀ ਆ ਵੀ ਓਨਰ ਵੀ ਕਿੰਨਾ ਧੱਕਾ ਕਰਦੇ ਆ, ਤੇ ਉਹ ਭੂਆ ਸੀਗੀ ਜਿਹੜੀ ਘਰ ਨੇੜੇ ਦੀ ਸਟਰੀਟ 'ਚ ਘਰ ਸੀਗਾ, ਉਹਨਾਂ ਨੂੰ ਰੈਂਟਲ ਘਰ 'ਚ ਆ ਕੇ ਗਾਲਾਂ ਕੱਢ ਰਹੀ ਆ, ਦੱਸੋ ਕੁੜੀਆਂ ਨੂੰ ਦੋਵਾਂ ਨੂੰ, ਮਾੜੀ ਗੱਲ ਹੈ। ਇਹ ਸਾਰਾ ਕੁਛ ਹੀ ਚੱਲੀ ਜਾਂਦਾ ਰੱਖੜੀ ਵਾਲੇ ਦਿਨ, ਮੈਂ ਬਹੁਤ ਸਾਰੇ ਓਨਰਾਂ ਜਿਹੜੇ ਹੈਗੇ ਆ ਮਕਾਨ ਮਾਲਕ ਉਹਨਾਂ ਦੀਆਂ ਟਿਕਟੌਕ ਤੇ ਬਾਈ ਵੀਡੀਓ ਦੇਖੀਆਂ, ਤੇ ਬਾਹਲੇ ਜਾਣੇ ਮਤਲਬ ਕਿ ਨਾ ਇਹ ਕੈਮਰਾ ਕਰਕੇ ਆਪਦੇ ਟੈਨੈਂਟਾਂ ਤੇ ਕਰੀ ਜਾਂਦੇ ਆ ਕਿ ਤੁਹਾਡੀਆਂ ਭੈਣਾਂ ਸਾਰਾ ਸਾਲ ਆਉਂਦੀਆਂ ਰਹੀਆਂ ਤੇ ਰੱਖੜੀ ਬੰਨਣ ਕੋਈ ਭੈਣ ਆਈ ਨਹੀਂ ਤੁਹਾਡੀ। ਸੋ ਇਹੋ ਜਿਹਾ ਕੁਛ ਚੱਲੀ, ਸਾਰਾ ਕੁਛ ਹੀ ਚੱਲੀ ਜਾਂਦਾ, ਨਾ ਇਹੋ ਜਿਹਾ ਕੁਛ ਹੋਵੇ। ਪਰ ਭੈਣ ਜੀ ਤੁਸੀਂ ਜ਼ਰੂਰ ਸਿਟੀ ਵਾਲਿਆਂ ਨੂੰ ਕਹੋ ਕਿ ਦੋ ਬੰਦਿਆਂ ਨਾਲ ਮੇਰੀ ਗੱਲ ਹੋਈ ਸੀ, ਜੋ ਜਾਂ ਤਿੰਨ ਜਿੰਨਾਂ ਨਾਲ ਵੀ ਇਹਨਾਂ ਨੇ ਰਹਿਣਾ ਸੀ, ਇਹ ਤਾਂ ਏਅਰਬੀਐਨਬੀ ਨੂੰ ਯੂਜ਼ ਕਰੀ ਜਾਂਦੇ, ਹੋ ਸਕਦਾ ਉੱਥੇ ਮੋਟਲ ਬਣਾ ਲਿਆ ਹੋਵੇ ਉਹਨਾਂ ਨੇ, ਵੀ ਇੱਕ 'ਚ ਆਪ ਰਹੀ ਜਾਂਦੇ ਤੇ ਇੱਕ ਆਪਾਂ ਘੰਟਾ ਘੜੀ ਕੇ ਦਾ ਡੰਗ ਟਪਾਉਣ ਨੂੰ ਆਪਾਂ ਰੈਂਟ ਤੇ ਦੇ ਦਿੰਦੇ, ਹੋ ਸਕਦਾ ਉਹ ਆਮਦਨ ਕਰੀ ਜਾਂਦੇ ਹੋਣ। ਹਾਂਜੀ, ਤੁਸੀਂ ਉਹਨਾਂ ਨੂੰ ਦੱਸੋ ਨਾ, ਕੋਈ ਵਜ੍ਹਾ ਬਣਾਉਣੀ ਪੈਣੀ, ਗਰਾਊਂਡ ਬਣਾਉਣਾ ਪੈਣਾ ਤੁਹਾਨੂੰ। ਪਰ ਮੈਨੂੰ ਰਾਸਤਾ ਵੀ ਦਿਸੇ ਨਾ, ਮੈਂ ਤਾਂ ਪਹਿਲੀ ਰਾਸਤੇ ਦੱਸ ਰਹੇ ਹਾਂ ਤੁਹਾਨੂੰ ਅੱਜ, ਜੀ ਤੁਹਾਨੂੰ ਪਬਲਿਕ ਸਮਝ ਸਮਝ ਚ ਸਮਝ ਹੈ ਜੀ, ਸਮਝਦਾਰ ਨੂੰ ਇਸ਼ਾਰਾ ਹੀ ਭੈਣ ਜੀ ਕਾਫੀ ਹੈ ਨਾ। ਹਾਂਜੀ ਹਾਂ, ਓਕੇ, ਨੈਕਸਟ ਕਾਲ ਪਲੀਜ਼। ਬਲ ਸਰ ਤੁਹਾਨੂੰ ਅਸੀਂ ਬਹੁਤ ਜਲਦੀ ਕਾਲ ਕਰ ਰਹੇ, ਦੱਸ ਸਰ ਹੋ ਗਈ ਮੇਰੀ ਗੱਲ ਉਹਨਾਂ ਨੂੰ। ਨੰਬਰ 6 ਕਾਲਰ, ਨੰਬਰ 6 ਕਾਲਰ ਲਾਈਨ ਤੇ ਹੋ। ਹੈਲੋ ਜੀ, ਮੈਂ ਬਸ ਸਰ ਜੀ, ਤੁਸੀਂ ਲਾਈਨ ਤੇ ਬੋਲੋ। ਓਕੇ, ਬਸ ਸਰ ਮੈਂ ਆ ਕੁੜੀ ਤੋਂ ਬਹੁਤ ਅਰਸ ਆ ਰਿਹਾ, ਮੈਂ ਇਹਦਾ ਸੁਣ ਰਹੀ ਸੀ, ਇਹ ਮੁੰਡੇ ਜਿੰਨੇ ਵੀ ਰਹਿੰਦੇ ਨੇ ਕਿਸੇ ਨੂੰ ਭਾਵੇਂ ਗੱਡੀ ਚ ਬਿਠਾ ਕੇ ਜਿਹੜਾ ਨਿਕਲਦਾ ਉਹਦੀ ਫੋਟੋ ਲਈ ਜਾਓ, ਇਹਨਾਂ ਸਾਰਿਆਂ ਦੀਆਂ ਫੋਟੋਆਂ ਲਾਓ, ਇਹਨਾਂ ਨੂੰ ਸ਼ਰਮਾ ਨੂੰ ਲੋਕਾਂ ਨੂੰ ਕਹੋ ਵੀ ਇਹਨਾਂ ਨੂੰ ਕਿਸੇ ਨੇ ਰੈਂਟ ਤੇ ਨਹੀਂ ਦੇਣਾ, ਠੀਕ ਆ ਜੀ ਜੀ। ਤੇ ਬਾਕੀ ਲੜਕੀ ਨਾਲ ਉਹਦੀ ਹੈਲਪ ਕਰੋ ਵਿਚਾਰੀ ਦੀ, ਉਹ ਵਿਚਾਰੀ ਨੂੰ ਪਤਾ ਕੁਛ ਨੀ, ਪਹਿਲੇ ਦਿੱਤਾ ਜੇ ਤੇ ਪਹਿਲੇ ਮਹੀਨੇ ਦਾ ਦੇ ਕੇ ਤਾਂ ਉਹਨੇ ਫਸਾ ਲਿਆ, ਹੁਣ ਉਹਨਾਂ ਨੇ ਦੇਖੋ ਕਿੱਦਾਂ, ਉਹ ਕਿੰਨੀ ਪਰੇਸ਼ਾਨ ਹੋਊਗੀ ਵਿਚਾਰੀ। ਥਿੰਕ ਨੋ, ਇੱਕ ਸੈਕਿੰਡ ਜੀ, ਇੱਕ ਸੈਕਿੰਡ, ਤੁਸੀਂ ਅੱਜ ਕੀ ਕਰੋ ਮੈਨੀ ਜੀ, ਤੁਸੀਂ ਕਾਲ ਕਰੋ ਕੰਜ਼ੂਮਰ ਗੈਸ ਵਾਲਿਆਂ ਨੂੰ, ਜੋ ਫੈਸਿਲਿਟੀਸ ਹੈ ਪਾਣੀ ਵਾਲਿਆਂ ਨੂੰ, ਇਲੈਕਟ੍ਰਿਸਿਟੀ ਵਾਲਿਆਂ ਨੂੰ, ਕਿ ਆਹ ਬੰਦੇ ਜਿਹੜੇ ਨੇ ਘਰ ਇਹਨਾਂ ਨੇ ਸਾਡੇ ਤੋਂ ਲਿਆ ਹੋਇਆ, ਇਹਨਾਂ ਨਾਂ ਤੇ ਬਿੱਲ ਜਿਹੜਾ ਆ ਤੁਸੀਂ ਭੇਜਣਾ ਆ, ਠੀਕ ਠੀਕ ਹੈ ਨਾ। ਔਰ ਅਦਰਵਾਈਜ਼ ਤੁਸੀਂ ਉਹ ਰਿਸਪੋਨਸੀਬਲ, ਅਸੀਂ ਰਿਸਪੋਨਸੀਬਲ ਨਹੀਂ ਹੈ, ਮਸਟ ਇਨਫੋਰਮ ਭਾਈ, ਬਸ ਚੱਲ ਨਹੀਂ ਕਰਨਗੇ ਕੋਈ ਨਾ ਤੇ ਬਿੱਲ ਕਰ ਪਾਏਗਾ ਨਾ ਜੋ ਕੋਈ ਭੇਜਣ ਕਿਸੇ ਨੂੰ, ਨਹੀਂ ਨਹੀਂ। ਪਰ ਜਦੋਂ ਲੀਜ਼ ਹੋਈ ਹੁੰਦੀ ਆ ਉਹਨਾਂ ਨੂੰ, ਆਪ ਨੂੰ ਸ਼ਾਇਦ, ਮੈਨੂੰ ਐਂ ਲੱਗਦਾ ਕਿ ਟੈਨੈਂਟ ਨੂੰ ਆਪ ਨੂੰ ਕਰਨਾ ਪੈਂਦਾ ਹੁੰਦਾ, ਸੋ ਫਿਰ ਜੇ ਰੈਕਡ ਵੀ ਕੱਲ ਨੂੰ ਖਰਾਬ ਹੋਊ ਤਾਂ ਉਹਨਾਂ ਦਾ ਹੀ ਹੋਊਗਾ, ਜੇ ਇਹਨਾਂ ਦੇ ਨਾਂ ਤੇ ਆ ਤਾਂ ਤੁਸੀਂ ਹੋਲਡ ਕਰਾ ਸਕਦੇ ਹੋ, ਤੁਸੀਂ ਦੱਸੋ ਕਿ ਮੈਂ ਇਸ ਫਰਾਡ ਦਾ ਮਤਲਬ ਕਿ ਸ਼ਿਕਾਰ ਹੋਈ ਹਾਂ। ਆਪਣੇ ਸਿੱਧੂ ਸਾਹਿਬ ਜਿਹੜੇ ਨੇਬਰ ਇਹਨਾਂ ਦੇ ਹਲੇ ਜੇ ਆਸੇ ਪਾਸੇ, ਉਹਨਾਂ ਨਾਲ ਗੱਲ ਕੀਤੀ ਵੀ ਉਹਨਾਂ ਨੂੰ ਬਿਨਾਂ ਤੰਗ ਕਰਦੇ ਹੋ। ਕਿੰਨੇ ਵਜੇ ਆਉਂਦੇ ਆ, ਕਰਦੇ ਕੀ, ਕਿੰਨੇ ਕੁ ਲੋਕ ਆ? ਮੈਂ ਤੁਹਾਨੂੰ ਦੱਸਾਂ, ਉਹਨਾਂ ਦੀਆਂ ਹੈਗੀਆਂ ਕੁੜੀਆਂ, ਉਹ ਨਾ ਇਸ ਵਿੱਚ ਇਨਵੋਲਵ ਵੀ ਨਹੀਂ ਹੋਣਾ ਚਾਹੁੰਦੇ, ਉਹ ਚਾਹੁੰਦੇ ਕਿ ਅਸੀਂ ਕੁਛ ਨਾ ਕਹੀਏ ਕਿ ਸਾਡੀ ਕੁੜੀਆਂ ਨੂੰ ਨਾ ਤੰਗ ਕਰਨ। ਕੋਈ ਨਾ ਕੋਈ ਆ ਰਿਹਾ ਜਾ ਰਿਹਾ, ਉਹਨਾਂ ਨੂੰ ਅਲੱਗ ਤੋਂ ਅਲੱਗ ਬੰਦੇ ਆ ਰਹੇ। ਬੜੀ ਹੈਰਾਨੀ ਵਾਲੀ ਗੱਲ ਹੈ ਜੇ ਇਸ ਦੇਸ਼ ਵਿੱਚ ਆਹ ਚੀਜ਼ ਹੋਣ ਲੱਗ ਪਈ। ਸਾਰਿਆਂ ਨੂੰ ਈਮੇਲ ਭੇਜੀ ਆ ਵੀ ਇਹਦੇ ਬਾਰੇ ਕੁਛ ਕਰੋ, ਕਹਿੰਦੇ ਸਾਡੇ ਡਿਪਾਰਟਮੈਂਟ ਚ ਨਹੀਂ ਆਂਦੀ, ਜਦੋਂ ਇਹ ਵੋਟਾਂ ਮੰਗਦੇ ਉਦੋਂ ਤਾਂ ਕਹਿੰਦੇ ਨੀ ਅਸੀਂ ਇਹਨਾਂ ਦੇ ਡਿਪਾਰਟਮੈਂਟ ਚ ਨਹੀਂ ਆਂਦੇ। ਓਹੋ, ਵੋਟਾਂ ਵੇਲੇ ਮੈਨੇ ਜੀ ਤੁਸੀਂ ਕਹਿ ਰਹੇ ਹੋ ਐਮ ਪੀ ਤੁਹਾਡਾ ਕੰਮ ਕਰ ਦੂਗਾ,
वोटा जेडे लैन जोगे और किसी दुख नहीं सुनते इन्हों घर आके इन्होंने एम पी समक जाना चाहिए उस घर के अगे उन्होंने कहना चाहिए भाई ये सिटी जी इस तरह नहीं है इस तरह ना करो एम पी रिक्वेस्ट करे जाके थोड़ी मदद करे एम पी क्यों नहीं करता बॉबी सिद्धू ने बड़ा मजाक भी बनाया मिलता आप जाके लिया ला सकते हो ਉਹ ਦੇ ਕੇ ਲੋਕਾਂ ਨੂੰ ਖੁਸ਼ ਕਰ ਰਹੇ ਨੇ ਇਹ ਮੈਂ ਕਿ ਸਾਨੂੰ ਨਹੀਂ ਲੋੜ ਤੁਸੀਂ ਆਪਣੇ ਰੱਖੋ ਅਸੀਂ ਸਾਨੂੰ ਆਲਰੇਡੀ 40 ਸਾਲ ਪਹਿਲਾਂ ਵਿਦ ਰਿਸਪੈਕਟ ਮੱਲੀ ਸਾਹਿਬ ਨੇ ਉਦੋਂ ਇਹ ਅਵਾਰਡ ਪਹਿਲੀ ਵਾਰ ਦਿੱਤੇ ਸੀਗੇ ਮੱਲੀ ਸਾਹਿਬ ਨੇ ਉਸ ਤੋਂ ਬਾਅਦ ਬਲ ਸਾਹਿਬ ਨੇ ਰੂਬੀ ਜੀ ਨੇ ਮੈਂ ਕਿਹਾ ਇਹ ਹੁਣ ਜਿਹੜਾ ਆ ਇਹ ਉਹ ਨਹੀਂ ਹੈ ਅਵਾਰਡ ਅਤੇ ਨਾ ਅਵਾਰਡ ਅਸੀਂ ਲੋਕ ਲੈਣਾ ਚਾਹੁੰਦੇ ਇਹੋ ਜਿਹੇ ਐਮ ਪੀਸ ਤੋਂ ਸਾਡੇ ਨਿਕੰਬੇ ਨੇ ਨਲਾਇਕ ਨੇ ਐਮ ਪੀ ਦਾ ਫਰਜ਼ ਬਣਦਾ ਹੈ ਮਦਦ ਕਰਨੀ ਇਹਦੀ ਲੜਕੀ ਦੀ ਤੁਸੀਂ ਮਰ ਕੇ वैसे कोई मतलब के जे मकान मालिक उत्ते रहिंदा होवे थल्लों उन्होंने बेसमेंट किराए ते कीती होवे ते कोई लड़ी बुची उही रिपोर्ट कर दे के इन्हां दे घरे आए हुंदा हना ਤੇ ਫਿਰ ਮਤਲਬ ਕਿ ਉਹ ਮਕਾਨ ਮਾਲਕ ਨੂੰ ਨਾਲੇ ਫਾਈਨ ਠੋਕ ਜਾਂਦੇ ਆ ਨਾਲੇ ਕਹਿੰਦੇ ਆ ਬੇਸਮੈਂਟ ਵਿਹਲੀ ਕਰੋ ਐਂ ਕਰੋ ਜਿਉਂ ਕਰੋ ਪੱਟ ਦਿਓ ਇੱਧਰੋਂ ਸਿੱਟ ਦਿਓ ਕੰਮ ਚੱਕ ਦਿਓ ਪਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਸਾਰਾ ਕੁਝ ਹੀ ਸਿਸਟਮ ਚੁੱਪ ਹੋ ਜਾਂਦਾ ਬੜਾ ਤਰਸ ਆ ਰਿਹਾ ਭੈਣ ਜੀ ਪਰ ਆਫ ਏਅਰ ਵੀ ਤੁਹਾਨੂੰ ਕੋਈ ਸਲਾਹ ਦਵਾਂਗੇ ਅਸੀਂ ਤੁਹਾਨੂੰ ਦੱਸਦੇ ਹਾਂ ਬਾਰ ਵਿੱਚ ਮੈਂ ਦੱਸਦਾਂ ਕਿ ਜਿਹੜੇ ਐਮ ਪੀਸ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਭਾਈ ਜੇ ਤੁਸੀਂ ਦੁਬਾਰਾ ਜਿੱਤਣਾ ਤਾਂ ਲੋਕਾਂ ਨੇ ਕੰਮ ਕਰੋ ਨਾ ਕਿ ਤੁਸੀਂ ਟਾਈਆਂ ਛਾਈਆਂ ਮੇਕਅਪ ਲਾ ਕੇ ਹੈਂਡਬੈਗ ਪਾ ਕੇ ਹਾਂਜੀ ਹੈਲੋ ਹਾਊਜ਼ ਡੂਇੰਗ ਬਟ ਯੂ ਡੂਇੰਗ ਆ ਕਰਕੇ ਤੁਸੀਂ ਚੱਲ ਜਾਂਦੇ ਹੋ ਚੱਲ ਜਾਂਦੀਆਂ ਔਰ ਤੁਸੀਂ ਕੰਮ ਨਹੀਂ ਕਰਦੇ ਕਾਨੂੰਨ ਦੇ ਮੁਤਾਬਕ ਤੁਹਾਨੂੰ ਚੁਣਿਆ ਆ ਲੋਕਾਂ ਦੀ ਪ੍ਰੋਬਲਮ ਆ ਭਾਵੇਂ ਕਿ ਤੁਹਾਡਾ ਨਹੀਂ ਵੀ ਤਾਂ ਵੀ ਤੁਸੀਂ ਇਹਨਾਂ ਨੂੰ ਦੱਸੋ ਆਈਡੀਆ ਦਿਓ ਤੁਸੀਂ ਦੱਸੋ ਕਿ ਵਕੀਲ ਹਾਇਰ ਕਰਨ ਕੀ ਕਰਨ ਤੁਸੀਂ ਉਹਨਾਂ ਨੂੰ ਪ੍ਰੋਟੈਕਟ ਕਰਨਾ ਫਰਜ਼ ਬਣਦਾ ਐਮ ਪੀ ਦਾ ਜੇ ਐਮ ਪੀ ਉਸ ਘਰ ਜਾਵੇ ਆਪਣੀ ਗੱਡੀ ਖੜੀ ਕਰਕੇ ਉਹਨਾਂ ਨੂੰ ਬੇਨਤੀ ਕਰੇ ਕਿ ਭਾਈ ਇਸ ਘਰ ਦੇ ਵਿੱਚ ਬੜਾ ਮੁਸ਼ਕਿਲ ਆ ਉਹ ਲੜਕੀ ਕੰਮ ਕਰਦੀ ਹੈ ਉਹ ਪੈਸੇ ਨਹੀਂ ਦੇ ਸਕਦੀ ਤੁਸੀਂ ਪੈਸੇ ਦਿਓ ਔਰ ਕਿੰਨੇ ਹੋ ਸਕਦਾ ਕਿ ਇਲੀਗਲ ਰਹਿੰਦੇ ਹੋਣ ਇੱਥੇ ਇਮੀਗ੍ਰੇਸ਼ਨ ਡਿਪਾਰਟਮੈਂਟ ਦੱਸਿਆ ਜਾਵੇ ਕਿ ਹੋ ਸਕਦਾ ਕਿ ਇਹਨਾਂ ਕੋਈ ਡਿਪੋਰਟ ਹੋਣ ਵਾਲੇ ਹੋਣ ਜਾਂ ਕ੍ਰਿਮੀਨਲ ਹੋਣ ਤੁਸੀਂ ਪੁਲਿਸ ਨੂੰ ਦੱਸੋ ਕਿ ਇਸ ਤੋਂ ਵੱਧ ਲੋਕ ਲੜ ਰਹੇ ਆ ਸਾਡੇ ਘਰ ਦੇ ਵਿੱਚ ਸਾਡੀ ਪ੍ਰੋਪਰਟੀ ਨੂੰ ਡੈਮੇਜ ਕਰ ਰਹੇ ਆ ਤੁਸੀਂ ਜਿਹੜੇ ਤੁਹਾਡੇ ਸਾਈਨ ਕੀਤੇ ਪੇਪਰ ਤੇ ਉਹ 311 ਵਾਲੇ ਦਿਖਾ ਲਓ ਉਹ ਮੰਨਦੇ ਨਹੀਂ ਇਸ ਗੱਲ ਨਹੀਂ ਨਹੀਂ ਤੁਸੀਂ 311 ਵਾਲੇ ਦਿਖਾ ਲਿਆ ਪੇਪਰ ਉਹ ਨਹੀਂ ਹੁਣ ਮੈਂ 311 ਵਾਲਿਆਂ ਨੂੰ ਕਰੂੰਗੀ ਨਹੀਂ ਜੋ ਪੁੱਛੋ ਉਹ ਜਵਾਬ ਦਿਓ ਤੁਸੀਂ ਹੁਣ ਤੱਕ 311 ਨੂੰ ਕਾਲ ਕਰਕੇ ਉਹ ਡਾਕੂਮੈਂਟ ਦਿਖਾ ਲਿਆ ਜਿੱਥੇ ਦੋ ਬੰਦੇ ਸਾਈਨ ਹੋਏ ਜੈਸ ਔਰ ਨੋ ਨਹੀਂ ਨਹੀਂ ਉਹ ਨਹੀਂ ਦਿਖਾਇਆ ਓਕੇ ਫਾਈਨ ਵਾਈ ਡੋਨਟ ਡੂ ਇਟ ਕਮ ਔਨ ਬੇਬੀ ਸੋ ਤੁਸੀਂ ਅੱਜ ਜਾ ਕੇ ਉਹ ਡਾਕੂਮੈਂਟ ਸ਼ੋ ਕਰੋ ਆਮ ਪ੍ਰੀਟੀ ਸ਼ੋਰ ਕਿ ਇਹਨਾਂ ਨੂੰ ਇੱਕ ਘੰਟੇ ਵਿੱਚ ਬਾਹਰ ਕੱਢਣਗੇ ਇਹਨਾਂ ਨੂੰ ਲਫੰਗਿਆਂ ਨੂੰ ਓਕੇ ਪ੍ਰੋਮਿਸ ਕਰੋ ਮੈਨੂੰ ਜੀ ਹਾਂਜੀ ਇਫ ਯੂ ਨੀਡ ਹੈਲਪ ਹਾਂਜੀ ਹਾਂਜੀ ਜਦੋਂ ਲੋੜ ਹੈ ਆਈ ਵਿਲ ਕਮ ਟੂ ਯੂ ਓਕੇ ਥੈਂਕ ਯੂ ਜੀ ਓਕੇ ਆਈ ਵਿਲ ਕਮ ਟੂ ਯੂ ਆਈ ਗਿਵ ਯੂ ਰਾਈਡ ਐਂਡ ਤੁਹਾਡਾ ਸਵੈਟਰ ਤਿਆਰ ਰੱਖੋ ਮੈਂ ਘਰ ਆਉਂਗਾ ਗੁਰਪ੍ਰੀਤ ਜੀ ਅਸੀਂ ਆਵਾਂਗੇ ਤੁਹਾਡੀ ਹੈਲਪ ਕਰਾਂਗੇ 100% ਕਰਾਂਗੇ ਤੁਸੀਂ ਦੇਖੋਗੇ ਐਮ ਪੀ ਕਰਦੇ ਜੱਸੀ ਕਰਦੇ ਹਾਂ ਓਕੇ ਜੀ ਓਕੇ ਜੀ ਹਾਂ ਐਮੀ ਤੱਕ ਜਿਹੜੇ ਐਮ ਪੀ ਮੈਂ ਤਾਂ ਹੈਰਾਨ ਹੈ ਐਮ ਪੀਸ ਐਮ ਪੀਸ ਕੁਛ ਨਹੀਂ ਕੰਮ ਕਰਦੇ ਆ ਜਿਹੜੇ ਕਰਦੇ ਆ ਅਸੀਂ ਉਹਨੂੰ ਸਲੂਟ ਕਰਦੇ ਹਾਂ ਔਰ ਇੱਕ ਜਲੰਧਰ ਦੇ ਵਿੱਚ 28,000 ਰੁਪਈਏ ਨੂੰ ਇੱਕ ਐਮ ਪੀ ਦਾ ਬੰਦਾ ਕਹਿੰਦਾ ਕਿ ਮੈਂ ਲੈਟਰ ਮੁੱਲ ਲਿਆ ਆ ਇੱਕ ਕੰਸਲਟੈਂਟ ਨੇ ਮੈਨੂੰ ਵੇਚਿਆ ਆ ਤੇ ਮੈਂ ਉਸ ਐਮ ਪੀ ਨਾਲ ਗੱਲ ਨਹੀਂ ਕਰਨੀ ਚਾਹੁੰਦਾ ਮੈਂ ਆਰ ਸੀ ਪੀ ਨੂੰ ਕੇਸ ਦੇਣਾ ਕਿ ਇਨਵੈਸਟੀਗੇਟ ਕਰੋ ਕਿ ਕੀ ਚੱਕਰ ਆ ਉਹਨੇ ਕਲੇਮ ਕੀਤਾ ਕਿ ਮੇਰੇ ਕੋ 28,000 ਰੁਪਈਆ ਇਸ ਸਪੋਰਟ ਲੈਟਰ ਲਿਆ ਆ ਪਤਾ ਨਹੀਂ ਕਿਵੇਂ ਕਿਸ ਤਰ੍ਹਾਂ ਇੰਡੀਆ ਦੇ ਵਿੱਚ ਕੰਸਲਟੈਂਟ ਫੇਕ ਡਾਕੂਮੈਂਟ ਮੰਗਾਏ ਨੇ ਜਾਂ ਬਣਾਏ ਨੇ ਉਹਨੇ ਕਲੇਮ ਕੀਤਾ ਕਿ ਮੈਂ 28,000 ਰੁਪਈਏ ਜਿੱਦਾਂ ਸਿਮਰਜੀਤ ਮਾਨ ਦੇ 25-30,000 ਰੁਪਈਏ ਨੂੰ ਲੈਟਰ ਮਿਲ ਜਾਂਦੇ ਕਿ ਮੈਂ ਰਿਫਿਊਜੀ ਹਾਂ ਮੈਨੂੰ ਇੰਡੀਆ ਗਵਰਨਮੈਂਟ ਤੰਗ ਕਰਦੀ ਆ ਮੈਨੂੰ ਰਿਫਿਊਜੀ ਸਟੇਟਸ ਦਿੱਤਾ ਜਾਵੇ ਇੱਦੇ ਕੈਨੇਡਾ ਆਉਣ ਦੀ ਖਾਤਰ ਜੀ ਸਪੋਰਟ ਲੈਟਰ ਜਿਹੜਾ ਆ ਉਹ ਐਮ ਪੀ ਕਹਿ ਰਿਹਾ ਜੀ ਗਰੰਟੀ ਮੈਂ ਲੈਂਦਾ ਜਾਂ ਲੈਂਦੀ ਹਾਂ ਤਾਂ ਇਹ ਵਾਪਸ ਜਾਊਗਾ ਤਾਂ ਤੁਹਾਡੇ ਚਿੱਤ ਵਿੱਚ ਕਿ ਇਹਨਾਂ ਨੇ ਕਿਸੇ 'ਤੇ ਬੀਜ ਲੱਗ ਜਾਂਦੇ ਨੋ ਇਮੀਗ੍ਰੇਸ਼ਨ ਅਫਸਰ ਨੇ ਆਪਣੀ ਅਸੈਸਮੈਂਟ ਦੇਖਣੀ ਆ ਇਹ ਬੰਦਾ ਜਿਹੜਾ ਐਲੀਜੀਬਲ ਆ ਵਿਜ਼ਟਰ ਵੀਜ਼ੇ ਵਾਸਤੇ ਜਾਂ ਨਹੀਂ ਔਰ ਇਹਨਾਂ ਦੇ ਲੈਟਰ ਦੇ ਕਹੇ 'ਤੇ ਸਾਰਾ ਕੈਨੇਡਾ ਆ ਜਾਊਗਾ
ਔਰ ਉਹ ਤਾਂ ਕੁਦਰਤੀ ਜੇ ਕੋਈ ਬੀਜ ਲੱਗ ਜਾਂਦਾ ਤੇ ਕਹਿੰਦੇ ਦੇਖਿਆ ਅਸੀਂ ਲਵਾਇਆ ਜਦੋਂ ਨਹੀਂ ਲੱਗਦੇ ਬੀਜ ਮੁੜ ਕੇ ਫੋਨ ਨਹੀਂ ਕਰਦੇ ਫਿਰ ਮੁੜ ਕੇ ਤੇਰੇ ਫੋਨ ਨਹੀਂ ਕਰਨਗੇ ਤੇਰੇ ਫੋਨ ਵੀ ਚੁੱਕਣਗੇ ਇੰਨੇ ਸ਼ਰਾਨ ਤੇ ਕਲੈਬ ਰਿਹਾ ਕਈ ਐਮਪੀ ਪਰ ਕਈ ਐਮਪੀ ਬੜੇ ਸੀਰੀਅਸ ਉਹ ਕਹਿੰਦੇ ਸਾਫ਼ ਭਾਈ ਕਿ ਇਹ ਬੀਜ ਲੱਗਣਾ ਅਸੀਂ ਨਹੀਂ ਲਵਾ ਸਕਦੇ ਕਈ ਐਸੇ ਐਮਪੀ ਵੀ ਹੈਗੇ ਇੱਥੇ ਬ੍ਰਹਮਟਨ ਦੇ ਵਿੱਚ ਜਿਹੜਾ ਸਾਫ਼ ਕਹਿੰਦੇ ਸੌਰੀ ਕਿ ਇਹ ਬੀਜ ਨਹੀਂ ਲੱਗਣਾ ਕਈ ਕਹਿੰਦੇ ਇਕੱਲੇ ਕੋਈ ਨਹੀਂ ਚ ਲਵਾ ਲਵਾਂਗੇ ਜੇ ਕੁਦਰਤੀ ਲੱਗ ਜਾਂਦਾ ਆ ਉਹ ਇੱਕ ਆਰਟੀਫਿਸ਼ੀਅਲ ਇਹਨਾਂ ਦੀ ਇਨਵੈਸਟੀਗੇਸ਼ਨ ਸਿਸਟਮ ਆ ਕੰਪਿਊਟਰਾਈਜ਼ ਜਿਹਦੇ ਨਾਲ ਜਿਹੜਾ ਲਾਇਕ ਲੋਟਰੀ ਸਿਸਟਮ ਆ ਲੱਗ ਗਿਆ ਨਹੀਂ ਲੱਗਣਾ ਅਸੀਂ ਸੋ ਮੈਂ ਹੈਰਾਨ ਹਾਂ ਕਿ ਤੁਹਾਨੂੰ ਐਮ ਪੀ ਕਹਿੰਦਾ ਅਸੀਂ ਕੁਛ ਨਹੀਂ ਕਰ ਨਹੀਂ ਸਕਦੇ ਪੁੱਛੋ ਵੀ ਤੁਹਾਨੂੰ ਕਾਹਦੇ ਵਾਸਤੇ ਤੁਸੀਂ ਸਿਰਫ ਇੱਕ ਇੱਥੇ ਲਾਉਣ ਨੂੰ ਉਹ ਅਵਾਰਡ ਜਿਹਾ ਫਰਵਰਡ ਅਵਾਰਡ ਤੋਂ ਕੀ ਲੈਣਾ ਤੁਸੀਂ ਹਾਂਜੀ ਕੀ ਲੈਣਾ ਸਪੇਸ ਇੱਕ ਪੀਸ ਆਫ ਪੇਪਰ ਤੋਂ ਯੂ ਡੋਨਟ ਨੀਡ ਦੈਟ ਆਈ ਡੋਨਟ ਨੀਡ ਇਟ ਸੋ ਰਿਸਪੈਕਟ ਅਸੀਂ ਐਮ ਪੀ ਦੀ ਅਸੀਂ ਦੇਖੋ ਸਾਡੇ ਵਾਸਤੇ ਚਾਹੇ ਮੈਂਬਰ ਪਾਰਲੀਮੈਂਟ ਹੈ ਚਾਹੇ ਮਿਨਿਸਟਰ ਹੈ ਚਾਹੇ ਕੋਈ ਵੀ ਅਸੀਂ ਰਿਸਪੈਕਟ ਕਰਦੇ ਹਾਂ ਪਰ ਜਿਹੜੇ ਨਲਾਇਕ ਹੈ ਲੋਕ ਉਹਨਾਂ ਦੀ ਨਹੀਂ ਕਰਦੇ ਅਸੀਂ ਜਿਹੜੇ ਲਾਇਕ ਹੈ ਉਹਨਾਂ ਦਾ ਸਤਿਕਾਰ ਕਰਦੇ ਹਾਂ ਕਈ ਐਮ ਪੀ ਸਾਡੇ ਸਿਰ ਦੇ ਤਾਜ ਨੇ ਕਈ ਜਿਹੜੇ ਬਹੁਤ ਮਤਲਬ ਇੰਨੇ ਨਲਾਇਕ ਨੇ ਮਾਈ ਗੋਡ ਉਹਨਾਂ ਨੂੰ ਅੰਗਰੇਜ਼ੀ ਵੀ ਨਹੀਂ ਆਉਂਦੀ ਹਾਂਜੀ ਨੰਬਰ 3 ਕਾਲਰ ਸਤਿ ਸ੍ਰੀ ਅਕਾਲ ਨਮਸਕਾਰ ਬਾਸੀ ਸਾਹਿਬ ਨਮਸਕਾਰ ਸਰ ਕੀ ਕਹਿਣਾ ਚਾਹੁੰਦੇ ਹੋ ਬਾਸੀ ਸਾਹਿਬ ਮੇਰੀ ਗੱਲ ਜਰਾ ਕੁਛ ਸੁਣਨਾ ਸਿਰਫ ਇਹ ਕਿ ਮੈਨੂੰ ਲੱਗਦਾ ਵੀ ਬਹੁਤ ਜ਼ਿਆਦਾ ਨਾ ਇਨਸਾਫ਼ੀ ਮੈਂ ਐਗਰੀ ਕਰਦਾ ਵੀ ਨਾ ਇਨਸਾਫ਼ੀ ਬਹੁਤ ਜ਼ਿਆਦਾ ਹੈਗੀ ਆ ਸਟੂਡੈਂਟਸ ਦੇ ਨਾਲ ਇਹ ਸਟੂਡੈਂਟਸ ਦੇ ਨਾਲ ਨਾ ਇਨਸਾਫ਼ੀ ਆ ਉਹਦਾ ਕਾਰਨ ਆ ਮੈਂ ਤੁਹਾਨੂੰ ਦੱਸਾਂ ਕਿਉਂ ਕਾਰਨ ਆ ਦੇਖੋ ਮੇਰੇ ਜ਼ਿਲ੍ਹੇ ਹਜ਼ੂਰੀ ਮੇਰੇ ਬਾਦਸ਼ਾਹ ਮੇਰੇ ਪੀਰ ਸਾਹਿਬ ਟੂਡੂ ਸਾਹਿਬ ਨੇ ਦੇਖੋ 8 ਸਾਲਾਂ ਤੋਂ ਕਹੀ ਜਾ ਰਿਹਾ ਕਿ ਇਹ 22 ਬਿਲੀਅਨ ਡਾਲਰ ਇਕਨੋਮੀ ਵਿੱਚ ਸਟੂਡੈਂਟਸ ਪਾ ਰਹੇ ਹੈਗੇ ਆ 22 ਬਿਲੀਅਨ ਵਿਦ ਦ ਬੀ ਠੀਕ ਆ ਨਾ ਠੀਕ ਆ ਫਿਰ ਦੇਖੋ ਇਹ ਆਪਣੇ ਬੱਚਿਆਂ ਨੇ ਇੰਨੇ ਸਟੂਡੂ ਸਾਹਿਬ ਨੇ ਮੰਗਾ ਲਏ 8 ਲੱਖ ਦੇਖੋ ਮੈਂ ਵੀ ਸਟੂਡੈਂਟ ਹੀ ਆਇਆ ਸੀਗਾ ਬਟ ਆਪਾਂ ਐਜ਼ ਅ ਕੰਡਕਟਰ ਇੱਕ ਸਟੂਡੂ ਸਾਹਿਬ ਕੰਡਕਟਰ ਨੇ ਬੱਸ ਦੇ ਉਹਨਾਂ ਨੇ ਦੇਖਣਾ ਵੀ ਬੱਸ ਵਿੱਚ ਕਿੰਨੇ ਬੰਦੇ ਪਾਣੇ ਹੈਗੇ ਆ ਬਾਹਰ ਵਾਲਾ ਜਿਹੜਾ ਬੱਸ ਤੋਂ ਬਾਹਰ ਖੜਾ ਆ ਵੇਟ ਕਰ ਰਿਹਾ ਉਹਨੇ ਤਾਂ ਵੜਨਾ ਹੀ ਹੈ ਬੱਸ ਵਿੱਚ ਇਹ ਟੂਡੂ ਇਹ ਵੀ ਦੇਖਣਾ ਚਾਹੀਦਾ ਸੀ ਬੱਸ ਵਿੱਚ ਬਾੜਨੇ ਕਿੰਨੇ ਬੰਦੇ ਬੰਦਿਆਂ ਨੂੰ ਅੰਦਰ ਸਾਹ ਵੀ ਆ ਰਿਹਾ ਕਿ ਨਹੀਂ ਬਟ ਇਹ ਕੰਡਕਟਰ ਇਹ ਬੱਸ ਚਾਲਕ ਕਹਿੰਦਾ ਵੀ ਬਾੜ ਲਓ ਅੰਦਰ ਬੰਦਿਆਂ ਨੇ ਭਾਵੇਂ ਸਾਹ ਘੁੱਟੀ ਜਾਣ ਜਿਹੜਾ ਇੱਥੇ ਆ ਜਾਂਦਾ ਆ ਉਹ ਫਿਰ ਕਹਿੰਦਾ ਕਿ ਬਾਈ ਹੋਰ ਨਾ ਕਰੋ ਹੁਣ ਜਿਹੜਾ ਸਟੂਡੈਂਟ ਆ ਗਿਆ ਉਹ ਕਹਿੰਦਾ ਯਾਰ ਇੱਥੇ ਭੀੜ ਬੜੀ ਆ ਲੇਕਿਨ ਮੈਂ ਫਿਰ ਉਹੀ ਗੱਲ ਤੇ ਆਊਂਗਾ ਵੀ ਮੈਨੂੰ ਲੱਗਦਾ ਵੀ ਇਹ ਸਟੂਡੈਂਟ ਨਾਲ ਨਾ ਇਨਸਾਫ਼ੀ ਦੇਖੋ ਇੱਕ ਤਾਂ ਕਿੰਨੀ ਇਕਨੋਮੀ ਚ ਇਹ ਉਹ ਜੀਡੀਪੀ ਸਾਡੀ ਗਰੋਥ ਕਰ ਰਿਹਾ ਉਹ ਜੀਡੀਪੀ ਤੇ ਵੀ ਮੈਂ ਆਊਂਗਾ ਫਿਰ ਇਹ ਜਿਹੜੀ $25 ਦੀ ਅੱਜ ਤੋਂ 4 ਸਾਲ ਪਹਿਲਾਂ ਜੋਬ ਹੁੰਦੀ ਸੀ ਇੱਕ ਫੋਰਕਲਿਫਟ ਦੇ $24 ਦੀ ਉਹ ਦੇਖੋ ਕਿੰਨੇ ਬੀਬੇ ਬੱਚੇ ਨੇ ਵੀ ਉਹ $18-19-$20 ਤੇ ਵੀ ਇਹ ਬੱਚੇ ਕਰ ਸ਼ਾਰਟ ਰੱਖੋ ਗੱਲ ਨੂੰ ਸ਼ਾਰਟ ਰੱਖੋ ਪਲੀਜ਼ ਮੈਂ ਸ਼ਾਰਟ ਮੈਂ ਇਹੀ ਕਰ ਰਿਹਾ ਜੀ ਕਿ ਮੈਨੂੰ ਨਾ ਇਨਸਾਫ਼ੀ ਇਸੇ ਲਈ ਲੱਗਦੀ ਹੈਗੀ ਕਿੰਨੇ ਬੀਬੇ ਬੱਚੇ ਨੇ ਇਹ ਫਿਰ ਇਹ ਬੀਬੇ ਬੱਚੇ ਸਾਰੀ ਫੈਮਿਲੀ ਨੂੰ ਆਪਣੀ ਵਿਜ਼ਟਰ ਵੀਜ਼ਾ ਤੇ ਬੁਲਾ ਲੈਂਦੇ ਨੇ ਤਾਂ ਕਿ ਉਹ ਅੰਡਰ ਦਾ ਟੇਬਲ ਕੰਮ ਕਰਨ ਦੇਖੋ ਉਸ ਨਾਲ ਕੀ ਹੁੰਦਾ ਬਾਸੀ ਸਾਹਿਬ ਫਿਰ ਲੇਬਰ ਸ਼ਾਰਟੇਜ ਇੱਥੇ ਪੂਰੀ ਹੋ ਰਹੀ ਆ ਸਾਡੀ ਇਕਨੋਮੀ ਨੂੰ ਹੈਲਪ ਹੋ ਰਹੀ ਹੈ ਨਾ ਲੇਬਰ ਸ਼ਾਰਟੇਜ ਆ ਦੇਖੋ ਤੇ ਸਾਰੀ ਫੈਮਿਲੀ ਹੈਲਪ ਕਰਦੀ ਹੈ ਚਾਚਾ ਤਾਤਾ ਤਾਇਆ ਮਾਮਾ ਸਾਰੇ ਮਤਲਬ ਪਿਓ ਮਾਂ ਸਾਰੇ ਆ ਗਏ ਹੈਗੇ ਆ ਤੇ ਉਹ ਇੱਥੇ ਲੇਬਰ ਸ਼ਾਰਟੇਜ ਪੂਰੀ ਕਰ ਰਹੇ ਆ ਫਿਰ ਬਾਕੀ ਸਾਡੇ ਵਰਗਿਆਂ ਲੋਕਾਂ ਦੀ ਇਹ ਮੋਰਗੇਜ ਅਸੀਂ ਪੇਮੈਂਟ 'ਚ ਮਾਰ ਖਾ ਰਹੇ ਹੈਗੇ ਆ ਇਹ ਬੱਚੇ ਸਾਡੇ ਰੈਂਟ ਆਊਟ ਕਰਕੇ ਰਹਿੰਦੇ ਬੇਸਮੈਂਟਾਂ ਵਿੱਚ ਸਾਡੀ ਮੋਰਗੇਜ 'ਚ ਪੇਮੈਂਟ 'ਚ ਮਦਦ ਕਰ ਰਹੇ ਹੈਗੇ ਆ ਰਾਈਟ ਤੇ ਮਦਦ ਤਾਂ ਬਹੁਤ ਕਰ ਰਹੇ ਇਸ ਲਈ ਮੈਨੂੰ ਲੱਗਦਾ ਕਿ ਇਹ ਮਤਲਬ ਹੁਣ ਠੀਕ ਆ 10 ਰਹਿ ਰਹੇ ਆ 15 ਰਹਿ ਰਹੇ 20 ਰਹਿ ਰਹੇ ਆ ਇਹ ਇੱਦੀ ਕੰਮ ਕੜਾ ਕੜਾਲ ਚੱਲਣਾ ਆ ਚੱਲਣ ਦਿਓ ਹੁਣ ਜਦ ਇੱਥੇ ਇਹ ਮਧਾਣੀ ਫਰੀ ਵਾਰੀ ਹੈਗੀ ਆ ਤੇ ਫਿਰ ਇਹਨਾਂ ਨੇ ਵੀ ਫੇਰਨੀ ਆ ਭਾਈ ਕਹਿੰਦੇ ਆ ਧੰਨਵਾਦ ਹਾਂ ਨਹੀਂ ਬਾਕੀ ਇੱਥੇ ਤਾਂ ਤੁਸੀਂ ਇਹਨਾਂ ਨੂੰ ਕਹਿ ਰਹੇ ਹੋ ਵੀ ਆਹ 311-911-711 ਜਿਹੜਾ ਮਰਜ਼ੀ 1-1 ਕਰ ਲੈਣ ਬਾਤੀ ਸਾਹਿਬ ਕੁਛ ਨਹੀਂ ਹੋਣਾ ਜੇ ਹੋਏਗਾ ਤੇ ਉਹ ਤੁਹਾਡੇ ਜਾਣ ਨਾਲ ਹੋਏਗਾ ਜਦ ਉਹਨਾਂ ਨੇ ਦੇਖਣੀ ਹੈ 6.5 ਫੁੱਟ ਦੀ ਕਾਇਆ ਤੇ ਦੇਖਣਾ ਵੀ ਬਾਸੀ ਸਾਹਿਬ ਆ ਗਏ ਆ ਮੈਂ ਇਹ ਓਨੈਸਟਲੀ ਕੋਈ ਲਾ ਕੇ ਨਹੀਂ ਕਰ ਰਿਹਾ ਗੱਲ ਤੇ ਉਹਦੇ ਨਾਲ ਹੀ ਕੰਮ ਹੋਣਾ ਆ ਇਹ 311-711-911 ਕੁਛ ਨਹੀਂ ਕਰਨ ਦੇ ਲਾਇਕ ਤੁਹਾਨੂੰ ਮੈਂ ਕੱਲ ਇੱਥੇ ਸੋਰੀ ਲਾਸਟ ਗੱਲ ਦੱਸਦਾ ਵਿਟਬੀ ਦੀ ਗੱਲ ਦੱਸਦਾ ਹੈਗਾ ਆ ਵਿਟਬੀ ਵਿੱਚ ਇਹਨਾਂ ਨੇ ਰੈਜ਼ੀਡੈਂਟਸ ਨੂੰ ਪਿੱਛੇ ਬਿਨਾਂ ਕਿਸੇ ਦੀ ਸਲਾਹ ਲਏ ਬਿਨਾਂ ਹੀ ਇੱਥੇ ਹੋਮਲੈਸ ਸ਼ੈਲਟਰ ਇੱਕ ਬਹੁਤ ਵੱਡਾ ਕਰਨ ਲਈ ਤਿਆਰ ਹੈਗੇ ਆ ਉੱਥੇ ਲੋਕ ਕਹਿੰਦੇ ਯਾਰ ਤੁਸੀਂ ਸਾਨੂੰ ਤਾਂ ਸਲਾਹ ਲਿੱਤੀ ਨਹੀਂ ਜੇ ਕਰਨਾ ਸੀਗਾ ਤਾਂ ਸਾਨੂੰ ਵੀ ਪੁੱਛਦੇ ਵੀ ਬਿਟਵੀ ਵਿੱਚ ਐਡਾ ਵੱਡਾ ਤੁਸੀਂ ਹਸਪੀਟਲ ਕਨਵਰਟ ਕਰਨ ਲੱਗੇ ਹੋ ਹੋਮਲੈਸ ਸ਼ੈਲਟਰ ਵਿੱਚ ਕੋਈ ਨਹੀਂ ਜੀ ਮੇਅਰ ਆਇਆ ਕੋਈ ਕਾਉਂਸਲਰ ਨਹੀਂ ਆਇਆ ਉੱਧਰ ਮੂੰਹ ਕਰਕੇ ਖੜੇ ਹੋ ਗਏ ਅੱਛਾ ਆਏ ਮੀਟਿੰਗ ਕਰਨ ਲਈ ਆਏ ਤੇ ਲੋਕਾਂ ਨੇ ਓਬਵੀਅਸਲੀ ਦੇਵਰ ਲਾਈਕ ਯੂ ਨੋ ਲਿਟਲ ਬਿਟ ਐਂਗਰੀ ਇਨ ਦੇ ਓਕੇ ਥੈਂਕ ਯੂ ਸੋ ਮਚ ਜੀ ਆਈ ਐਮ ਸੌਰੀ ਕਿ ਸਮਾਂ ਜਿਹੜਾ ਜ਼ਿਆਦਾ ਹੋ ਰਿਹਾ ਔਰ ਅਸੀਂ ਇੰਟਰਵਿਊ ਤੋਂ ਬਿਹਾਈਂਡ ਹੋ ਰਹੇ ਸਨ ਸਭ ਸਾਡੇ ਕਾਲਜ ਜਾ ਚੁੱਕੇ ਨੇ ਹਾਂਜੀ ਨੰਬਰ 2 ਕਾਲਰ ਹਾਂਜੀ ਸਤਿ ਸ੍ਰੀ ਅਕਾਲ ਬਾਸੀ ਸਾਹਿਬ ਜੀ ਹਾਂਜੀ ਬਾਸੀ ਸਾਹਿਬ ਇਹ ਭੈਣ ਨਾਲ ਬਹੁਤ ਧੱਕਾ ਹੋਇਆ ਜੀ ਇਹ ਨਾ ਇਕੱਲੀ ਜੇ ਭੈਣ ਦਾ ਗੱਲ ਨਹੀਂ ਹੈਗੀ ਘਰ ਘਰ ਦੀ ਸਟੋਰੀ ਹੈ ਜੀ ਬਹੁਤ ਸਟੂਡੈਂਟ ਇਹ ਕੰਮ ਕਰ ਰਹੇ ਨੇ ਜੀ ਅੱਜ ਦੀ ਘੜੀ ਅੱਜ ਦੀ ਘੜੀ ਵੀ ਇਹ ਸਟੂਡੈਂਟ ਨੇ ਇੰਨਾ ਗੰਦ ਪਾਇਆ ਹੋਇਆ ਜੀ ਜਦੋਂ ਤੁਸੀਂ ਕਿਸੇ ਪਲਾਜ਼ੇ 'ਚ ਵੀ ਜਾਂਦੇ ਹੋ ਆਪਣੀ ਧੀ ਭੈਣ ਪਲਾਜ਼ੇ 'ਚ ਜਾ ਕੇ ਵੀ ਨਹੀਂ ਸਮਾਨ ਲਿਆ ਸਕਦੀ
ਉੱਥੇ ਵੀ ਸ਼ਾਮ ਦੇ ਟਾਈਮ ਇਹ ਦਾਰੂ ਪੀਂਦੇ ਨੇ, ਬੁਰਾ ਹਾਲ ਕਰਦੇ ਨੇ ਜੀ। ਇਹਨਾਂ ਦਾ ਇੱਕ ਪਾਸੇ ਨਹੀਂ ਹੈ, ਸਾਰੇ ਪਾਸੇ ਇਹਨਾਂ ਦਾ ਸਟੂਡੈਂਟਾਂ ਦਾ ਬਹੁਤ ਜ਼ਿਆਦਾ ਗੰਦ ਪਾਇਆ ਹੋਇਆ ਜੀ। ਚੱਲ ਸਾਰੇ ਨਹੀਂ, ਥੋੜੇ ਹੈ ਪਰ ਥੋੜੇ ਜਿਹੜੇ ਦੂਜੇ ਨੂੰ ਬਦਨਾਮ ਕਰਦੇ ਨੇ। ਹਾਂਜੀ ਹਾਂਜੀ, ਥੋੜੇ ਹੈਗੇ, ਥੋੜੇ ਸਾਰੇ ਸਟੂਡੈਂਟਾਂ ਨੂੰ ਨਹੀਂ ਆਪਾਂ ਬਦਨਾਮ ਕਰਦੇ, ਪਰ ਜਿਹੜੇ ਥੋੜੇ ਸਟੂਡੈਂਟ ਨੇ ਜੀ, ਇਹਨਾਂ ਨੇ ਜਿਹੜੇ ਹੁਣ ਆਉਣ ਵਾਲੇ ਸਟੂਡੈਂਟ ਆ ਉਹਨਾਂ ਦਾ ਵੀ ਰਾਹ ਬੰਦ ਕਰ ਰਹੇ ਨੇ ਇਹ। ਹੁਣ ਲੋਕ ਘਰ ਦੇ ਨੂੰ ਹਟ ਜਾਣਗੇ ਇਹਨਾਂ ਨੂੰ, ਮੁੜ ਜਿਹੜੇ ਆਉਣ ਵਾਲੇ ਸਟੂਡੈਂਟ ਆ ਜੀ ਉਹਨਾਂ ਨੂੰ ਰਹਿਣਾ ਬਹੁਤ ਔਖਾ ਹੋਜੂ। ਥੈਂਕ ਯੂ ਸੋ ਮਚ। ਤੁਹਾਡੇ ਮਾਪੇ ਬੇਨਤੀ ਕਰਦਾ ਵੀ ਤੁਸੀਂ ਭਰਾਵੋ ਆਪ ਹੀ ਉੱਠ ਖੜੋ ਜਾਂ ਭੈਣ ਦਾ ਰੈਂਟ ਦੇ ਲੱਗ ਜਾਓ। ਹੁਣ ਕਿਹੜੇ ਕਿਹੜੇ ਰੈਂਟ ਦੇਵਾਂਗੇ ਅਸੀਂ ਬਾਬਾ ਮੇਰਿਆ? ਹਾਂਜੀ, ਅਗਲੀ ਕਾਲ ਪਲੀਜ਼। ਕਹਿੰਦੇ ਜੀ ਸਟੂਡੈਂਟਾਂ ਨੂੰ। ਓਕੇ, ਥੈਂਕ ਯੂ ਸੋ ਮਚ ਸਿੱਧ ਸਾਹਿਬ, ਅਸੀਂ ਬਿਹਾਈਂਡ ਹੋ ਰਹੇ ਹਾਂ। ਨੈਕਸਟ ਕਾਲ, ਨੰਬਰ 4 ਕਾਲਰ। ਹਾਂਜੀ ਬਾਸੀ, ਮੈਂ ਬੋਲਣਾ ਹੀ ਕੈਲੀਫੋਰਨੀਆ ਤੋਂ। ਬਾਸੀ ਸਾਹਿਬ ਇੱਧਰ ਵੇਖੋ, ਪਤਾ ਕੀ ਗੱਲ ਆ, ਇਹ ਦੋ ਪੂਰੀ ਦੁਨੀਆ 'ਚ ਨਾ ਆਹ ਚੀਜ਼ਾਂ ਜੋ ਵੀ ਹੁੰਦੀਆਂ ਦੋ ਹੀ ਜਗ੍ਹਾ ਤੇ ਹੁੰਦੀਆਂ, ਇੱਕ ਬ੍ਰਹਮਟਨ 'ਚ, ਇੱਕ ਬੱਸ ਦਾ ਪੰਜਾਬ ਦੇ ਵਿੱਚ। ਹੁਣ ਬਾਸੀ ਇੱਥੇ ਕਬਜ਼ੇ ਵੀ ਹੋਣ ਲੱਗ ਪਏ ਤੁਹਾਡੇ ਇੱਥੇ ਬੱਸ ਸਾਹਿਬ, ਆਹ ਚੀਜ਼ਾਂ ਬੱਸ ਸਾਹਿਬ ਅਮੈਰੀਕਾ ਦੇ ਵਿੱਚ ਬੱਸ ਸਾਹਿਬ ਬਿਨਾਂ ਕਿਸੇ ਦੀ ਪਰਮਿਸ਼ਨ ਤੋਂ ਕੋਈ ਬੱਸ ਸਾਹਿਬ ਤੁਹਾਡਾ ਡੋਰ ਨੋਕ ਨਹੀਂ ਕਰ ਸਕਦਾ। ਇੱਕ ਹੋਰ ਮੈਂ ਵੀਡੀਓ ਦੇਖੀ ਸੀ, ਤੁਹਾਨੂੰ ਭੇਜੂਗਾ, ਇੱਕ ਗੋਰੀ ਨੂੰ ਉਹਨਾਂ ਨੇ ਬੰਦੀ ਬਣਾ ਕੇ ਮੁੰਡਿਆਂ ਨੇ ਸਟੂਡੈਂਟ ਨੇ ਕੁੱਟਿਆ ਬੱਸ ਸੀ ਉਹਨੂੰ, ਉਹਦੇ ਘਰ 'ਚ ਵੈਰੀ ਸੈਡ ਪਾਰਟ, ਗੋਰੀ ਦੇ ਘਰ 'ਚ ਰੈਂਟ ਤੇ ਰਹਿੰਦੇ ਸੀ। ਸੈਡ ਪਾਰਟ, ਤੁਸੀਂ ਬਾਸੀ ਸਾਹਿਬ ਇੱਧਰ ਮੂਵ ਹੋ ਜਾਓ ਜਾਂ ਤੇ ਬੱਸ ਸਾਹਿਬ ਇੱਧਰ ਮੂਵ ਹੋ ਜਾਓ ਥੋੜੇ ਆਉਣ ਵਾਲੇ ਦਿਨਾਂ 'ਚ, ਜਾਂ ਬੱਸ ਸਾਹਿਬ ਚੰਦਰਮਾ ਤੇ ਤੁਸੀਂ ਵੀ ਲੈ ਲਓ ਜਗ੍ਹਾ ਥੋੜੀ ਬਹੁਤ ਨਹੀਂ, ਬਹੁਤ ਬੁਰਾ ਹਾਲ ਆ ਬੱਸ ਸਾਹਿਬ ਤੁਹਾਡੇ ਬ੍ਰਹਮਟਨ ਦਾ। ਇਸੇ ਕਰਕੇ ਬਾਸੀ ਜੀ ਮੈਂ ਆਉਂਦਾ ਨਹੀਂ, ਤੁਸੀਂ ਕਹਿੰਦੇ ਨਾ ਆਉਂਦਾ ਕਿਉਂ ਨਹੀਂ, ਆਹ ਰੀਜ਼ਨ ਆ ਬਾਸੀ ਜੀ। ਥੈਂਕ ਯੂ ਸੋ ਮਚ। ਓਕੇ, ਨੈਕਸਟ ਕਾਪੀਜ਼ ਅਸੀਂ ਕੰਟਰੀਬਿਊਟਰ